अच्छा हुन तू वाइन या तेरे पे कुत्ता लाऊं मैं वेंदा पियो यार घर नंबर 314 उडे लिखो है 420 ते पता नहीं बंदा 420 है या घर 420 क्या क्या बोला तूने ए पहले क्या बोला चल चल चलो कौन तुसा में माई साहब जी मैं सही तोरे देर ट्रेन में बिल केबल दा बिल दो सच्ची काटे तो नहीं है ਇਹ ਚੋਕਾ ਪੈਨ ਦੱਸੇ ਸੋ ਬੇਲ ਸਿੰਘ 1500 3 ਮਹੀਨਿਆਂ ਦਾ ਕੋਈ ਜ਼ਿਆਦਾ ਕੋਈ ਨਹੀਂ 1500 ਜੀ ਜੀ ਛੜਾ 1500 ਯਾਰ ਉਹਨੇ ਕੰਮ ਕਰ ਹਾਂ ਹਾਲਾ ਚੱਲ ਪੈ ਟੈਟ ਠੀਕ ਹੈ ਕੱਲ ਪਰ ਸਵਾਹ ਕੇ ਚੱਕਰ ਲਾਵੇਂ ਵਾ ਲੈ ਵੰਜੇ ਲੋ ਕੱਲ ਮੈਂ ਪਿੱਛਾ ਤੇ ਰਮਸਾਂ ਦਾ ਲਾਵਣਾ ਕਨੈਕਸ਼ਨ ਕੱਲ ਮੈਂ ਬਿੱਲ ਲਵਣਾ ਸਾਂ ਕੱਲ ਲੈ ਵੰਜੇ ਤੇ ਬੜੇ ਠੀਕ ਹੋ ਰਿਆਦ ਕਰ ਬਿੱਲ ਭੋ ਮੰਗਦਾ ਵਾ ਤੂੰ ਚਲੋ ਕਰ ਲੈ ਇਸ ਤਾਂ ਬਿੱਲੇ ਸੇ ਕਰ ਲੈ ਸੇ ਠੀਕ ਠੀਕ ਹੈ बिलकुल माशाल्लाह करो कुछ ਅੱਲਾ ਤੇ ਬੰਦਿਆ ਕੱਲ ਤਨਖਾਹ ਸੀ ਕੱਲ ਲੈ ਆਉਂਦੇ ਪੱਕੀ ਗੱਲ ਯਾਰ ਮੇਰੇ ਪੈਸੇ ਕਿਹਦੇ ਵੈਂਦੇ ਬਾ ਠੀਕ ਹੈ ਮੇਰਾ ਤਾਂ ਬਿੱਲ ਲੈ ਕੇ ਬੈਠ ਕੱਲ ਲੈ ਮੇਰੇ ਵੈਂਦੇ ਨੇ ਪੈਸੇ ਠੀਕ ਹੋ ਗਿਆ ਯਾਰ ਜਿਹੜੀ ਕੇ ਬਦਲੀ ਨੌਕਰੀ ਨਾ ਬੜੀ ਕੁੱਤੀ ਨੌਕਰੀ ਹੈ ਤੇ ਮੈਂ ਅੱਜ ਬਿੱਲ ਨਾ ਮਿਲਾ ਨਾ ਇਹ ਨੌਕਰੀ ਛੋੜ ਦੇਸਾਂ ਆ ਸ਼ੁਕਰ ਹੈ ਬੰਦਾ ਬਾਹਰ ਖੜੋਤਾ ਅੱਜ ਅਸਲਾਮ ਅਲੈਕੁਮ ਅੱਜ ਤਾਂ ਬਿੱਲ ਦੇਉ ਚਾ ਸਹੀ ਕਿੰਨਾ ਬਿੱਲ ਬਣਦਾ ਯਾਰ ਤੁਹਾਨੂੰ ਦੱਸਾਂ ਤਾਂ ਹੁਣ ਪਰਚੀ ਕੱਢ ਕੇ ਦੇਵਾਂ 1500 ਰੁਪਏ ਬਿੱਲ ਤੇ ਤੁਹਾਡੇ ਲਿਖਾ ਵੀ ਹੈ 1500 ਰੁਪਇਆ ਜੀ ਹਾਂ बिलकुल ਮੈਂ ਤਾਂ ਬੰਦਾ ਹੀ ਪਾਗਲ ਲੱਗਦਾ ਜਿਹੜੇ ਮਿਲਦੇ ਨੇ ਉਹ ਤਾਂ ਲਾਉਂ ਦੇ ਜਿਹੜੇ ਦੇਣਾ ਦੇ ਉਰਾ ਯਾਰ ਬਿੱਲ 1500 ਤੂੰ ਮੈਨੂੰ ਦੇਂਦਾ ਪਿਆ 50 ਰੁਪਈਆ ਫਿਲਹਾਲ ਵਧਨ 100 ਰੁਪਈਏ ਹੂੰ ਇਹ ਲੈ ਮੈਂ ਵਾਤਾ ਕਰ ਜਾ ਚੱਕ ਲਾਂ 40 ਰੁਪਏ ਵਤ ਲੈ ਇਹ ਮੈਂ ਕੋਈ ਫਕੀਰ ਆ ਤੂੰ ਮੈਨੂੰ 100 ਰੁਪਈਏ ਦੇਂਦਾ ਪਈਏ ਯਾਰ ਸਮਝਿਆ ਕਰਨਾ ਅਗਲੀ ਤਨਖਾਹ ਤੇ ਵਲ ਤੇ ਦੇ ਰਿਹਾ ਸਾਂ ਯਾਰ ਕੰਮ ਵੇਖ ਰ ਬੰਦੇ ਨੂੰ 100 ਰੁਪਈਏ ਲੈ ਮੈਂ ਕੇਬਲ ਵਾਲੇ ਅੱਲਾ ਦੇ ਬੰਦੇ ਉਹ ਮੈਂ ਬੜਾ ਅਮੀਰ ਬੰਦਾ ਹੀ ਠੀਕ ਹੈ ਮੈਂ ਉਹ ਟੈਨਸ਼ਨ ਨਾ ਲਓ ਮੈਂ ਲਿਖ ਲੈਣਾ ਬਾਕੀ ਤੇਰੇ ਖਾਤੇ 'ਚ ਪਾ ਦੇਣਾ ਹਾਂ ਬਸ ਅੱਲਾ ਦੇ ਬੰਦੇ ਦਾ ਅੱਛਾ ਹੁਣ ਤੂੰ ਵਾਇਣਾ ਜਾਂ ਤੇਰੇ ਵਿੱਚ ਕੁੱਤਾ ਲਾਵਾਂ ਮੈਂ ਵੈਂਦਾ ਪੀਆਂ ਯਾਰ ਘਰ ਨੰਬਰ 314 ਉੱਡੇ ਲਿਖੋ ਹੈ 420 ਇਹ ਪਤਾ ਨਹੀਂ ਬੰਦਾ 420 ਹੈ ਜਾਂ ਘਰ 420 ਹੈ ਤੇਰੇ ਵੈਨੇ ਪਤਾ ਨਹੀਂ ਬਿੱਲ ਲੈਂਦਾ ਨਹੀਂ ਪਿਛਲੇ ਦਾ 300 ਰੁਪਏ ਤੇ ਪਤਾ ਨਹੀਂ ਕੀ ਕਰਿੰਦਾ ਉਹ ਕੋ ਵਧਾ ਘਰ ਯਾ ਭਾਈ 420 ਘਰ ਨੰਬਰ ਕੀ ਹਾਲ ਹੈ ਅਸਲਾਮ ਅਲੈਕਮ ਵਾਲੇਕਮ ਅਸਲਾਮ ਇਹ ਕੇਬਲ ਤੂੰ ਸਾਡੀ ਟੀ ਰੱਖ ਦਿਓ ਟੀਵੀ ਦੀ ਟੀ ਰੱਖ ਦਿਓ ਫਿਲਮਾਂ ਡਰਾਮੇ ਦੀ ਟੀ ਰੱਖ ਦਿਓ ਤਾਂ ਬਿੱਲ ਕਹਿੰਦੇ ਹੋਣਾ ਹੁੰਦਾ ਬਿੱਲ ਦੇ ਉਤਰ ਤਰੇ ਨੇ ਦਾ ਬਿੱਲ ਜੇ ਤੁਹਾਡੇ ਨਾਲ ਦਾ ਵੀ ਹੈ ਸਾਡੇ ਨਾਲ ਦਾ ਹਾਂ ਨਾ ਕਰ ਯਾਰ ਇਹ ਮੁਖਾ ਤੂੰ ਨਾ ਮੁਖਾ ਉੱਤੇ 420 ਤੇ ਲਿਖੋ ਜੀ 420 ਲਿਖੋ ਆਂਦਾ ਵੀ ਬਿੱਲ ਦੇ ਨਾ ਜਲਦੀ ਕਰ ਮੇਰਾ ਬੱਚਾ ਸ਼ਾਬਸ਼ ਕੇਬਲ ਦਾ ਬਿੱਲ ਲੈ ਮਾਵਾ ਕਵਣ ਦੇਰ ਹੁੰਦੀ ਪਈ ਹੈ ਜਲਦੀ ਕਰ ਯਾਰ ਤੂੰ ਤਾਂ ਬਿਰਾ ਬੰਨੇ ਯਾਰ ਯਾਰ ਅਸਾਂ ਕਿਹਨੇ ਭੱਜੇ ਬੈਨੇ ਬਿੱਲ ਤੇਰੇ ਦੇਵਣੇ ਨਾ ਹਾਂਜੀ ਕਿਹਨੇ ਬਣਦਾ ਕਿਹਨੇ ਉਹ ਬਿੱਲ ਮੇਰਾ ਨਹੀਂ ਬਿੱਲ ਦਾ ਪਿੱਛਾ ਕੇਬਲ ਆ ਲੈਣਾ ਮੈਂ ਤਾਂ ਤੁਹਾਡੀ ਨੌਕਰੀ ਕਰੇ ਨਾ ਮੁਲਾਜ਼ਮ ਮਾਸ਼ਾ ਯਾਰ ਚੋਖਾ ਬਣਦੇ ਚੋਖਾ ਬਣਦੇ ਚੋਖਾ ਤਰੇ ਆਨੇ ਦਾ ਬਿੱਲ ਬੜਿਆ 1500 ਬਣਾ ਤੂੰ 1000 ਦੇ ਜਾ ਭਈਆ ਕੋ ਜੀ ਆ ਚੇਂਜ ਕਰ ਹਾਂ ਜੇ ਵਿੱਚ ਚੁੱਕ ਲਈ ਵਧਿਆ ਅੱਜ ਕੱਲ ਜੇ ਵਿੱਚ ਮੇਰੇ ਚ ਵਧਣ ਮੈਂ ਬਿੱਲ ਹੀ ਵਧਾ ਪਿੱਛੋਂ ਲਾਇਆ ਕੋ ਵਧਾ ਕੋ 400 ਵਧਾ 400 ਵਧਾ ਹਾਂ ਤੂੰ ਇੰਜ ਕਰ ਅੱਜ ਇਹ ਦਿੱਤੀ ਭਾਂਜ ਕੱਲ ਉਹ ਵੀ ਇਹ ਵੀ ਤਨ ਇਕੱਠੇ ਦੇ ਸਾਂ ਬਸ ਠੀਕ ਹੈ ਮੈਂ ਤੇਰੇ ਕੋਲ ਬਿੱਲ ਲੈਂਦਾ ਨਹੀਂ ਮੈਂ ਜਿਹੜਾ ਲਈ ਵਧਾ ਇਹ ਖਵਾਉਣਾ ਬਾਅਦ ਦਫਾ ਮੈਂ ਸਮਝ ਲਿਆ ਮੈਂ अच्छा बाल सही। खत्म। बाय बाय टाटा गुड बाय गया।